گئے ہیں فقیر کو پوچھے جی گل فقیر کی تھی اجازت ہے جناب سنائیے فقیر دل کرے ٹھیک سنی میں آپ پینا دو جان پیا کہنا آخو علی حق
ਦੂਜਿਆਂ ਜ਼ਾਕਰਾਂ ਦੀ ਗੱਲ ਨਹੀਂ ਕਰਨ ਲੱਗਾ, ਆਪਣੀ ਗੱਲ ਕਰਨ ਲੱਗਾ। ਮੇਰਾ ਸਾਰਾ ਜਸ਼ਨ ਇੱਕ ਪਾਸੇ, ਇਹ ਜਿਹੜੀ ਗੱਲ ਮੌਸਮ ਰੁਕਣ ਕਰਨ ਲੱਗਾ ਉਹ ਗੱਲ ਇੱਕ ਪਾਸੇ, ਦੂਜਿਆਂ ਜ਼ਾਕਰਾਂ ਦੀ ਗੱਲ ਨਹੀਂ ਆਪਣੀ ਕਰਨ ਲੱਗਾ। ਆਦਮ ਮੈਂ ਫਤਵਾ ਲਾ ਦੇ ਸਾ, ਸਾਈਬਰ ਮੈਨੇ ਤਾਰਫ ਕਰਾ, ਤੂੰ ਕੌਣ ਹੈ, ਕਿਉਂ ਫਤਵਾ ਲਾ ਦੇ ਸੇ, ਮੁੱਲਾ ਦਾ ਮੈਂ ਸਲਾਹ ਕੇ ਦਾ ਬਹੁਤ ਬੜਾ ਮੁਫਤੀ ਆ, ਕਲੰਦਰ ਦੀ ਆਵਾਜ਼ ਆਈ ਤੂੰ ਮੁਫਤੀ ਹੈ ਤੇ ਮੈਂ ਕੀਮਤੀ ਆ, ਬੋਲਿਆ ਜਿਹਦੇ ਅੰਦਰ ਅਲੀ ਵਸਦਾ ਆਵੇ, ਤੂੰ ਮੁਫਤੀ ਹੈ ਮੈਂ ਕੀਮਤੀ ਆ, ਤੂੰ ਮੁੱਲਾ ਹੈ ਮੈਂ ਮਲੰਗਾ, ਤੂੰ ਕਮੀ ਹੈ ਮੈਂ ਸੈਯਦਾ, ਤੇਰੇ ਪਿਓ ਦਾ ਪਤਾ ਨਹੀਂ ਮੈਂ ਅਲੀ ਦਾ ਨਾ। ਸਰਦਾਰ ਸਰਕਾਰ ਦਾ ਇੱਕ ਨੌਕਰ ਹੈ, ਨਾਮ ਬੋਦਲਾ ਬਹਾਰ, ਹਰ ਦਰਵਾਜ਼ੇ ਤੇ ਜਾਂਦੇ ਸਦਾ ਕਰਦਾ ਜੀ, ਹੱਕ ਨਜ਼ਰ ਅੱਲਾ ਨਿਆਜ਼ ਹੁਸੈਨ ਤਾਰਕ ਭਾਈ, ਹਰ ਦਰਵਾਜ਼ੇ ਤੇ ਜਾ ਕੇ ਸਦਾ ਕਰਦਾ ਜੀ, ਹੱਕ ਨਜ਼ਰ ਅੱਲਾ ਨਿਆਜ਼ ਹੁਸੈਨ। ਉਹ ਜਿਹੜੇ ਕਲੰਦਰ ਸਰਕਾਰ ਦੇ ਨੌਕਰ ਉਹਨੂੰ ਦੇ ਵਕਤ ਤੋਂ ਪਹਿਲਾਂ ਆ ਜਾਂਦੇ ਹਨ ਬਾਹਰ ਨਿਆਜ਼ ਲੈ ਕੇ ਲਓ ਜੀ, ਅਤੇ ਜਿਹੜੇ ਦੁਸ਼ਮਣ ਆਣ ਨਾ ਉਹਨਾਂ ਆਖਿਆ ਬੋਦਲੇ ਨੇ ਕੀ ਸਦਾ ਦਿੰਦਾ ਹੈ, ਮੇਰੇ ਮੈਂਬਰ ਤੇ ਦੋਵੇਂ ਹੱਥ ਨੇ, ਇਸ ਮੈਨੂੰ ਮੈਂਬਰ ਦੀ ਇੱਜ਼ਤ ਦੀ ਕਸਮ ਹੈ, ਸ਼ਾਲਾ ਤੇਰੇ ਅੰਦਰ ਹੁਸੈਨ ਵਸਦਾ ਹੋਵੇ, ਸਹੀ ਦਾਤ ਮੈਂ ਬਾਹਰ ਕੱਢ ਲੈਣੀ ਹੈ। ਜੁਮਲਾ ਸੁਣ ਕੇ ਚੁੱਪ ਕਰ ਜੇ, ਇੱਥੇ ਜਾ ਕੇ ਛੱਡ ਦੇ ਸਾ, ਐਡੀ ਵੱਡੀ ਗੱਲ ਕਰ ਲੈਣੀ। ਉਹਨਾਂ ਆਖਿਆ ਕੀ ਸਦਾ ਕਰਨਾ, ਬੋਦਲਾ ਦਾ ਹੱਕ ਨਜ਼ਰੇ ਅੱਲਾ ਨਿਆਜ਼ੇ ਹੁਸੈਨ। ਉਹਨਾਂ ਆਖਿਆ ਰੁਕ ਰੁਕ ਰੁਕੀ, ਇਹ ਫਿਰ ਆਖ ਹੱਕ ਨਜ਼ਰੇ ਅੱਲਾ ਨਿਆਜ਼ੇ ਹੁਸੈਨ। ਉਹਨਾਂ ਆਖਿਆ ਬਸ ਇਹੀ ਗੱਲ ਹੈ, ਇੱਕ ਦੇ ਵਿੱਚੋਂ ਲਫ਼ਜ਼ ਹੁਸੈਨ ਕੱਢ ਲਵੇ ਨਾ, ਨਿਆਜ਼ ਤੈਨੂੰ ਹੋਰ ਵੀ ਦਿਆਂ। ਜੁਮਲਾ ਸੁਣਨਾ ਜੀ, ਜੁਮਲਾ ਨਾ ਲਫ਼ਜ਼ ਹੁਸੈਨ ਕੱਢ ਲੈ ਤੇ ਨਿਆਜ਼ ਹੋਰ ਹੀ ਦੇਸਾਂ, ਵਿੱਚੋਂ ਲਫ਼ਜ਼ ਹੁਸੈਨ ਕੱਢ ਲੈ ਤੇ ਨਿਆਜ਼ ਹੋਰ ਹੀ ਦੇਸਾਂ, ਵਿੱਚੋਂ ਲਫ਼ਜ਼ ਹੁਸੈਨ ਕੱਢ ਲੈ ਤੇ ਨਿਆਜ਼ ਹੋਰ ਹੀ ਦੇਸਾਂ, ਵਿੱਚੋਂ ਲਫ਼ਜ਼ ਹੁਸੈਨ ਕੱਢ ਲੈ ਤੇ ਨਿਆਜ਼ ਹੋਰ ਹੀ ਦੇਸਾਂ, ਮੌਲੀ ਵਾਸਫ ਸਾਹਿਬ ਤੋਂ ਲੈ ਕੇ ਆਖਰੀ ਹਲਾਲੀ ਮੌਲੀ ਤੱਕ, ਇਹਨਾਂ ਦੇ ਵਿੱਚੋਂ ਲਫ਼ਜ਼ ਹੁਸੈਨ ਕੱਢ ਲੈ ਤੇ ਨਿਆਜ਼ ਹੋਰ ਹੀ ਦੇਸਾਂ। ਆ ਚੌਕੀ ਬਾਗੇ ਚੜਾ ਮਾ ਪੁੱਤਰ ਜਮੀਨ ਨਹੀਂ ਮੇਰੇ ਸਾਹਮਣੇ ਪਵੇ, ਮੈਂ ਕਰ ਹੁਸੈਨ ਦੀ ਕਰਾਂ ਸਾਹਮਣੇ ਬੈ ਕੇ ਚੁੱਪ ਕਰ ਜਾਏ, ਆਦਮ ਵਿੱਚੋਂ ਲਫ਼ਜ਼ ਹੁਸੈਨ ਕੱਢ ਲੈ ਤੇ ਨਿਆਜ਼ ਹੋਰ ਹੀ ਦੇਸਾਂ। ਕਿਆ ਮਾਰਿਆ ਜਾਸੇ ਮਿਸਲ ਤਨਾਰ ਹੈ, ਉਹਨਾਂ ਕਿਉਂ ਮਾਰਿਆ ਜਾਸੇ, ਅਦਾ ਜ਼ਿੰਦਗੀ ਆਈ ਮੁਰਸ਼ਦ ਦੀ, ਆ ਜੁਮਲਾ ਖਾ ਗਏ ਤੁਸੀਂ, ਮਾਰਿਆ ਜਾਸੇ ਕਿਹਾ ਜ਼ਿੰਦਗੀ ਆਈ ਮੁਰਸ਼ਦ ਦੀ, ਮਾਰ ਦਿੱਤਾ ਗਿਆ, ਟੁਕੜੇ ਕਰ ਦਿੱਤੇ ਗਏ, ਕਿਤਾਬਾਂ ਪੜ੍ਹ ਕੇ ਹੋਏ ਸਿਰ ਟੁਕੜੇ ਨਾ ਆਏ, ਪੱਕ ਗਿਆ ਸਿਰ, ਪੱਕਿਆ ਨਾ, ਕੁਝ ਬੰਦੇ ਖਾ ਵੀ ਛੱਡਿਆ, ਔਰ ਜਿੰਨਾ ਬੰਦਾ ਖਾਧਾ ਅੱਜ ਵੀ ਸਿੰਧ 'ਚ ਨਸਲ ਮੌਜੂਦ ਹੈ, ਨਾਫ ਤੋਂ ਉੱਤੇ ਉੱਤੇ ਅਤੇ ਗੱਲ ਤੋਂ ਥੱਲੇ ਉਹਨਾਂ ਦੇ ਜਿਸਮ 'ਤੇ ਨਿਸ਼ਾਨ ਅਜੇ ਵੀ ਮੌਜੂਦ ਹੈ। ਐਸੀ ਗੱਲ ਹੈ ਜੀ, ਜਿਹੜੇ ਟਾਈਮ 'ਤੇ ਬੋਦਲਾ ਕਲੰਦਰ ਕੋਲ ਵਾਪਸ ਆਉਂਦੀ ਉਸ ਟਾਈਮ 'ਤੇ ਨਹੀਂ ਆਇਆ, ਥੋੜ੍ਹੀ ਜਿਹੀ ਦੇਰ ਹੋਈ ਹੈ ਅਤੇ ਮੁਰਸ਼ਦ ਨੂੰ ਸਿੱਖ ਹੋਈ ਹੈ ਮੁਰੀਦ ਦੀ, ਸ਼ਾਲਾ ਕਿਸੇ ਦਾ ਕੋਈ ਹੋਵੇ ਸਹੀ, ਮੌਲਾ ਨੇ ਸੱਚੇ ਦਾਫਾ ਫਰਮਾਇਆ ਨੇ, ਸ਼ਾਲਾ ਕਿਸੇ ਦਾ ਕੋਈ ਹੋਵੇ ਸਹੀ। ਕਲੰਦਰ ਸੱਜ ਮਾਰਿਆ ਬੋਦਲਾ, ਜਿੱਥੇ ਵੀ ਆਇਆ ਅਲੀ ਦਾ ਨੌਕਰ ਬੁਲਾਉਂਦਾ ਪਿਕਲਦੀ ਆ, ਜੁਮਲਾ ਮੈਂ ਹੁਣ ਆਖਣ ਲੱਗਾ, ਨਤੀਜਾ ਦੇਣ ਲੱਗਾ, ਕਿਹੜਾ ਬੰਦਾ ਨਾਰਲ ਸੀ ਕਿਹੜਾ ਪਿੱਛੇ ਰਹਿ ਸਕਦਾ, ਗੱਲ ਨਸੀਬ ਦੀ। ਓਏ ਹੋਏ, ਕਲੰਦਰ ਸਰਕਾਰ ਆਖਿਆ ਹੁਣ ਕੀ ਪ੍ਰੋਗਰਾਮ ਹੋ ਸਕਿਆ, ਸਰਕਾਰ ਮੈਨੂੰ ਕਾਸਾ ਵੀ ਦਿਓ, ਆ ਪੰਜ ਸੱਤ ਮਲੰਗ ਵੀ ਮੈਨੂੰ ਨਾਲ ਦਿਓ, ਕਾਸਾ ਵੀ ਲੱਭ ਹੋਇਆ, ਮਲੰਗ ਵੀ ਲੱਭ ਗਏ। ਮਲੰਗਾਂ ਨੂੰ ਆਦਾ ਸਦਾ ਸਭ ਤੋਂ ਪਹਿਲਾਂ ਮੈਂ ਕਰਨੀ ਹੈ, ਤੁਸਾਂ ਨਹੀਂ ਕਰਨੀ, ਜਿੱਥੇ ਮੈਂ ਸਦਾ ਕਰਨੀ ਹੈ ਉੱਥੇ ਤੁਸਾਂ ਕਰਨੀ ਹੈ। ਟੁਰਦਾ ਰਿਹਾ ਹੈ ਅੱਗੇ ਅੱਗੇ ਬੋਦਲਾ, ਪਿੱਛੇ ਪਿੱਛੇ ਮਲੰਗ, ਦਰਵਾਜ਼ੇ ਛੱਡਦਾ ਆ ਰਿਹਾ ਹੈ, ਗਲੀਆਂ ਛੱਡਦਾ ਆ ਰਿਹਾ ਹੈ, ਆਵਾਜ਼ ਨਹੀਂ ਲਾ ਰਿਹਾ, ਸਦਾ ਨਹੀਂ ਲਾ ਰਿਹਾ, ਗਲੀਆਂ ਛੱਡਦਾ ਆ ਰਿਹਾ ਹੈ, ਗਲੀਆਂ ਛੱਡਦਾ ਆ ਰਿਹਾ ਹੈ, ਦਰਵਾਜ਼ੇ ਛੱਡਦਾ ਆ ਰਿਹਾ ਹੈ, ਸਦਾ ਨਹੀਂ ਲਾ ਰਿਹਾ। ਮਲੰਗ ਹੈਰਾਨ ਹੀ ਨੇ, ਪਰੇਸ਼ਾਨੀਆਂ ਲੜਾਣੇ, ਬੋਦਲਾ ਕਿਹੜੇ ਦਰਵਾਜ਼ੇ ਤੇ ਜਾ ਕੇ ਸਦਾ ਲਾ ਸੀ, ਮਿੰਬਰ ਹੁਸੈਨ ਦੀ ਕਸਮ ਹੈ, ਜਿਨ੍ਹਾਂ ਬੰਦਿਆਂ ਬੋਦਲੇ ਨੂੰ ਮਾਰਿਆ ਹੈ ਉਹਨਾਂ ਦਾ ਮੂੰਹ ਖੜਕਾ ਕੇ ਦਾ ਉਹ ਮੁਕਾ ਸਦਾ ਬੰਦੇ ਬਾਹਰ ਆ ਗਏ। ਬੰਦੇ ਬਾਹਰ ਆ ਗਏ, ਉਹਨਾਂ ਆਖਿਆ ਬੋਦਲੇ ਕਿ ਬੋਦਲੇ ਦੀ ਰੂਹ ਹੈ, ਉਸ ਆਖਿਆ ਹੱਥ ਲਾ ਕੇ ਵੇਖ ਲਓ,
ਮੈਂ ਆਪ ਹੀ ਹਾਂ। ਉਹਨੇ ਹੱਥ ਲੱਗਾ, ਉਹਨੇ ਕਿਹਾ ਹੈ ਤਾਂ ਬੋਤ ਲਈਏ। ਉਹਨੇ ਕਿਹਾ ਤੈਨੂੰ ਤੇ ਆਪਣੇ ਹੱਥਾਂ ਨਾਲ ਮਾਰਿਆ ਹੈ, ਤੈਨੂੰ ਤੇ ਆਪਣੇ ਹੱਥਾਂ ਨਾਲ ਮਾਰਿਆ ਹੈ। ਮੈਂ ਕਹਿੰਦਾ ਕਮਲੀ ਬਾਗ ਦੇ ਬੱਚਿਆਂ ਉਹ ਮਾਰਨ ਵਾਲੇ ਨਿਕਲੇ